ਪਹਿਲਾਂ ਤਾਂ ਦਰਸ਼ਕਾਂ ਨਾਲ ਸਾਂਝੇ ਕਰੋ ਵੀ ਕਿੰਨਾ ਸਮਾਂ ਤੁਹਾਨੂੰ ਕਬੱਡੀ ਖੇਡਦੇ ਨੂੰ ਹੋ ਗਿਆ? ਮੈਂ 2010 ਚ ਖੇਡਣੀ ਸਟਾਰਟ ਕੀਤੀ ਨਾਲ ਦੀ ਨਾਲ ਪਰਮੀ ਬਸ ਫਿਰ ਮੈਂ 2013 ਚ ਯੂਰਪ ਖੇਡਿਆ ਤੇ ਲਾਸਟ ਈਅਰ ਕੈਨੇਡਾ ਆਇਆ ਤੇ ਇਸ ਵਾਰ ਫਿਰ ਕੈਨੇਡਾ ਆਇਆ ਜੀ। ਪਿਛਲੇ ਸਾਲ ਤੁਸੀਂ ਕੈਨੇਡਾ ਖੇਡੇ, ਮੈਂ ਤੁਹਾਡੀ ਪਰਫਾਰਮੈਂਸ ਬੜੀ ਵਧੀਆ ਸੀ ਤੇ ਇਸ ਵਾਰ ਜਿਹੜੀਆਂ ਟੀਮਾਂ ਦੇ ਬਾਰੇ ਕੀ ਤੁਹਾਡੇ ਵਿਚਾਰ ਚੱਲਦੇ ਵੀ ਕਿਹੋ ਜਿਹੇ ਮੈਚ ਹੋ ਰਿਹਾ? ਨਹੀਂ ਟੀਮਾਂ ਸਾਰੀਆਂ ਬੈਲੈਂਸ ਆ ਜੀ ਤੇ ਵਧੀਆ ਮੈਚ ਹੋ ਰਿਹਾ ਤੇ ਸਾਰੇ ਮੈਚ ਇੱਦਾਂ ਨਹੀਂ ਇੱਕਤਰਫੇ ਮੈਚ, ਸਾਰੇ ਮੈਚ ਨਾ ਪੂਰੇ ਟਫ ਆ ਜੀ। ਵਧੀਆ ਮੈਚ ਦਰਸ਼ਕਾਂ ਨੂੰ ਵਧੀਆ ਗੁੱਡ ਲੱਗਦਾ ਜੀ, ਵਧੀਆ ਮੈਚ ਟਫ ਦੇਖ ਕੇ ਤੇ ਬਹੁਤ ਵਧੀਆ ਮੈਚ ਹੋ ਰਿਹਾ, ਸਾਰੀਆਂ ਟੀਮਾਂ ਬੈਲੈਂਸ ਆ ਜੀ। ਇੰਡੀਆ ਤੇ ਇੱਥੇ ਦੇ ਕਿੰਨਾ ਕੁ ਫਰਕ ਆ ਵੀ ਮੈਚ ਹਲਕੇ ਤੇ ਭਾਰੇ, ਕਿਹੋ ਜਿਹਾ ਫਰਕ ਆ? ਨਹੀਂ ਨਹੀਂ ਉਰੇ ਘਾਹ ਤੇ ਖੇਡਣਾ ਥੋੜ੍ਹਾ ਜਿਹਾ ਔਖਾ ਲੱਗਦਾ ਜੀ, ਪਰ ਹੁਣ ਲਾਸਟ ਈਅਰ ਵੀ ਖੇਡਿਆ ਤੇ ਹੁਣ ਜੂਜ ਜੇ ਹੋਏ ਗਰਾਊਂਡਾਂ ਤੇ ਹੁਣ ਸਾਨੂੰ ਕੋਈ ਇੰਨਾ ਔਖਾ ਨਹੀਂ ਲੱਗਦਾ ਜੀ। ਤੇ ਅੱਜ ਸਲਿੱਪਰੀ ਹੈ ਥੋੜ੍ਹੀ ਜਿਹੀ, ਤਲਕਣ ਜੀ ਆ ਤੇ ਉਦਾਂ ਵੈਸੇ ਠੀਕ ਆ ਜੀ ਹੁਣ। ਫਿਰ ਵੀ ਤੁਸੀਂ ਦੋ ਦੋ ਕਬੱਡੀਆਂ ਪਾਈਆਂ ਅੱਜ ਦੇ ਮੈਚ ਦੇ ਵਿੱਚ, ਦਰਸ਼ਕਾਂ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਵੀ ਕਾਲੇ ਧਲੋਨੇ ਲਈ ਅੱਜ ਦੋ ਮੈਚ ਖੇਡੇ, ਦੋਨੇ ਮੈਚਾਂ ਦੇ ਵਿੱਚ ਡਬਲ ਜਿਹੜੀ ਰੇਡ ਕੀਤੀ ਆ ਤੇ ਨੌਨ ਸਟਾਪ ਇਹ ਮੇਰਾ ਵੀਰ ਰਿਹਾ ਤੇ ਕਿਹੋ ਜਿਹੀ ਫੀਲਿੰਗ ਆਉਂਦੀ ਆ ਵੀ ਜਦੋਂ ਇਦਾਂ ਦੀਆਂ ਰੇਡਾਂ ਪਾਉਂਦੇ ਇੰਨੀ ਤਕੜੀ ਟੀਮਾਂ ਦੇ ਅੱਗੇ? ਨਹੀਂ ਬਹੁਤ ਚੰਗਾ ਲੱਗਦਾ ਜੀ, ਰੱਬ ਬਾਬੇ ਨਾਨਕ ਦੀ ਕਿਰਪਾ ਨਾਲ ਵਧੀਆ ਕਬੱਡੀਆਂ ਪਈ, ਵਧੀਆ ਪ੍ਰਦਰਸ਼ਨ ਹੁੰਦਾ ਤੇ ਇੰਡੀਆ ਤੋਂ ਇਹੀ ਸੋਚ ਚਾਹੀਦਾ ਜੀ, ਮਿਹਨਤ ਕਰਕੇ ਵੀ ਚਲੋ ਵਧੀਆ ਪ੍ਰਦਰਸ਼ਨ ਕਰੀਏ ਤੇ ਮੁੱਲ ਪਵੇ ਜੀ ਤੇ ਬਾਕੀ ਬਹੁਤ ਚੰਗਾ ਲੱਗਦਾ ਜੀ, ਗੁੱਡ ਫੀਲ ਹੁੰਦਾ। ਬੀਸੀ ਦੇ ਵਿੱਚ ਕਿਹੜੀ ਟੀਮ ਦੇ ਵੱਲੋਂ ਖੇਡ ਰਹੇ ਆ? ਬੀਸੀ ਵੱਲੋਂ ਜੀ ਮੈਂ ਸ਼ਹੀਦ ਭਗਤ ਸਿੰਘ ਟੀਮ ਵੱਲੋਂ ਖੇਡ ਰਿਹਾ ਜੀ।